हाँ जी सत श्री अकाल सारिआं नूं, की हाल आ, कायम आ जी सिहतां, होर सुनाओ सारे वीर की बनी जांदा जी। ते अज आपां गल्लां दो चार मेन मुद्दिआं दीआं गल्लां करनीआं, तां सारे जणे दब के चैनल शेयर करदा करो, चलदी चलदी वीडियो ते सबसक्राइब भी करिआ करो, यूट्यूब चैनल ते फेसबुक चैनल भी अपना इसे नाम ते पिंदी सिद्धू फार्म 88 दे नां ते, यूट्यूब चैनल पिंदी सिद्धू फार्म दे नां ते जी। तां इह गल तुहानूं पता, हमेशा आपां कोई ना कोई कम्म दी करदे रहिंदे, नवें बंदे भी जुड़े हुए, नवें बंदे नूं भी कई जिहड़े फार्मूले नहीं पता, दुबारे भी फोन लाउंदे, उह भी आपां विच गल्लां करनीआं, ते दो चार गल्लां आपां मैं ब्रीडिंग दे भी करनीआं, भी बहुत रौला पिआ वा, ठीक है, जदों बहुत ज़्यादा रौला पिआ वा भी की करूँ बंदा, ठीक है जी, भी की करिए की ना करिए, अज उस मुद्दे ते करदे आ। तां इह जिहड़ी वीडियो आ, इह किसी नूं कोई आपां भी कोई टारगेट नहीं कोई भी, ठीक है जी, तो यह बस सिर्फ ओनली अपनी जिहड़ी ब्रीडिंग ते वीडियो उही बनाउणी है जी आपां। तां इहदे विच ही भी अज यही गल करदे आ आपां, ब्रीडिंग दी करदे आ, तां नाल नाल गल करदे आ आपां जिहड़ा भी नुक्स पैंदा पशु दे विच, भी इहदा इलाज की है, ठीक है जी। एक चीज़ मैं तुहानूं दस्सदा भी एक कई बार एक चीज़ हुंदी है ते उह 100 बीमारियां दा इलाज कर दिंदी है, ठीक है जी। तां जिहड़ी आपां जे गल करिए आपां होमोपैथिक दवाई, होमोपैथिक दवाई कई दवाइयां इदां दीआं, जिवें हुण मतलब इह मान लो नागनी सीगी, बच्चा मरिया, बहुत इहने बेचारी ने तकलीफ 'च रही, तां दुध भी वध घटाया, तां इहदा करके इहनूं भी होमोपैथिक नाल दवाई स्टार्ट कीती जी, है ना। जिहड़ी होमोपैथिक दवाई है सब तों ज़्यादा उहदा चंगा रिजल्ट है, तां रिजल्ट किवें लैणा जी सब तों चंगा, कई दवाइयां देखो, जे आपां सब तों मान लो भी आपां मेन दवाई लै लईए जिहड़ी मेन करदी है, जे मतलब मान लो बाई चांस चड्डे नूं मटैटस आउंदी है, ਇਹ ਗੱਲ ਤਾਂ ਆਪਾਂ ਛੋਟੀ ਜਿਹੀ ਕਰਨੀ ਹੈ ਦਵਾਈ ਦੀ ਨਵੇਂ ਭਰਾਵਾਂ ਵਾਸਤੇ, ਤਾਂ ਬਾਕੀ ਇੱਕ ਮੇਨ ਗੱਲ ਕਰਨੀ ਹੈ ਆਪਾਂ, ਉਹ ਮੇਨ ਹੋ ਸਕਦਾ ਵੀ ਵੀਡੀਓ ਅੱਜ 13-14 ਮਿੰਟਾਂ ਤੱਕ ਜਾਵੜੇ, ਪਰ ਸੁਣਨ ਵਾਲੀ ਹੈ, ਜੇ ਸੁਣੋਗੇ, ਜੇ ਬਰੀਡਿੰਗ ਤੁਸੀਂ ਨਹੀਂ ਕਰ ਸਕਦੇ ਤਾਂ ਮੈਂ ਵੀ ਦੇਣਦਾਰ ਹਾਂ ਉਹ ਗੱਲ ਦੇ ਵਿੱਚ, ਤਾਂ ਵੀ ਜਿਹੜੀ ਬਰੀਡਿੰਗ ਆ ਉਹ ਆਪਾਂ ਕਰਨੀ ਕਰਨੀ ਹੈ, ਤਾਂ ਠੀਕ ਹੈ ਜੀ। ਇਹ ਗੱਲਾਂ ਆਪਾਂ ਧਿਆਨ ਦੇ ਵਿੱਚ ਜੇ ਰੱਖਾਂਗੇ ਤਾਂ ਬਰੀਡਿੰਗ ਬਹੁਤ ਚੰਗੀ ਆਪਾਂ ਹਰ ਫਾਰਮ ਦੇ ਵਿੱਚ ਹੋਊਗੀ ਆਪਣੀ। ਤਾਂ ਦੂਜੀ ਗੱਲ ਜੀ, ਇਹ ਅੱਜ ਬਾਈ ਨਵਾਈਆਂ ਹੀ ਨਹੀਂ ਸੀ, ਮੀਂਹ ਮੂੰਹ ਪਿਆ ਹੋਇਆ ਸੀਗਾ, ਅਤੇ ਹੁਣ ਜਿਹੜੇ ਫੌਗਰ ਛੱਡਣੇ ਸੀਗੇ, ਪਰ ਹੈ ਠੰਡ ਹੈ, ਹੁਣ ਜਿਹੜਾ ਪਾਣੀ ਆ ਦੁਪਹਿਰ ਤੋਂ ਬਾਅਦ ਹੀ ਨਵਾਵਾਂਗੇ। ਅਤੇ ਵੀ ਜਿਹੜੀ ਗੱਲਬਾਤ ਚੱਲਦੀ ਸੀਗੀ ਬਾਈ, ਜਿਹੜੀ ਹੋਮੋਪੈਥਿਕ ਦਵਾਈ ਆ, ਜੇ ਥਾਣ ਘੱਟਦਾ, ਡਾਕਟਰ ਸ਼ੁਕਲੇ ਦੀ ਦਵਾਈ ਲੈ ਲਓ ਜੀ, ਡਾਕਟਰ ਸ਼ੁਕਲੇ ਦੀ ਦਵਾਈ ਦੇ ਨਾਲ ਇੱਕ ਪਰਚਾ ਆਉਂਦਾ ਉਹਨਾਂ ਕੋਲ, ਉਹ ਪਰਚਾ ਪੜ੍ਹਨ ਵਾਸਤੇ ਪਰਚੀ ਲੈ ਲਿਆ ਕਰੋ, ਉਹਦੇ 'ਤੇ ਦੱਸਿਆ ਹੁੰਦਾ ਵੀ ਜੇ ਦੁੱਧ ਥਾਣ ਦੇ ਵਿੱਚੋਂ ਘੱਟ ਗਿਆ, ਦੁੱਧ ਪੂਰਾ ਕਰਨ ਵਾਸਤੇ ਜਿਹੜੀ ਸਵੈਸ ਆਡਰ ਬੂਸਟ ਹੈ ਡਾਕਟਰ ਸ਼ੁਕਲੇ ਦੀ, ਉਹ 5-5 ml ਸੁਬਾਹ ਸ਼ਾਮ ਦਿਓ, ਜੇ ਮਗਰਲੇ ਸਾਲ ਦਾ ਦੁੱਧ ਵੀ ਘੱਟ ਹੈ ਫਿਰ ਉਹਨੂੰ ਸੂਣ ਤੋਂ 15-20 ਦਿਨ ਪਹਿਲਾਂ 5-5 ml ਦੁੱਧ ਸਟਾਰਟ ਕਰ ਦਿਓ ਦਵਾਈ, ਹੈ ਨਾ, ਤਾਂ ਉਹ ਸਟਾਰਟ ਕਰ ਦਿਓ। ਤਾਂ ਸਾਰੀਆਂ ਗੱਲਾਂ ਬਾਤਾਂ ਇੱਦਾਂ ਚੱਲਦੀਆਂ ਰਹਿੰਦੀਆਂ, ਅਤੇ ਇਹਦੇ ਵੀ ਹੁਣ ਮਤਲਬ ਮੰਨ ਲਓ ਕੜ ਚੱਲ ਪਿਆ, ਜੇ ਕਹਿ ਦਈਏ ਆਪਾਂ ਮੱਝ ਦੇ, ਤਾਂ ਇਹ ਸੂਈ ਵੀ ਅੰਦਰੋਂ ਸਾਫ਼ ਹੋ ਰਹੀ ਹੈ, ਤਾਂ ਮੱਝ ਉਹ ਸਾਫ਼ ਹੋ ਰਹੀ ਹੈ ਹੁਣ ਆਪਣੀ। ਤਾਂ ਗੱਲ ਜੇ ਕਰਦੇ ਹਾਂ ਵੀ ਸਵਿਸ ਆਡਰ ਬੂਸਟ ਲੈ ਲਓ, ਜੇ ਦੁੱਧ ਘੱਟ ਹੈ ਤਾਂ ਉਹਨੇ ਹੌਲੀ ਹੌਲੀ, ਜੇ ਇੱਥੇ ਸੂਏ ਦੇ ਵਿੱਚ ਤੋਕੜ ਮੱਝ ਵੀ ਹੈ ਜਾਂ ਹੋਰ ਹੈ, ਜਦੋਂ ਦੁੱਧ ਘੱਟਦਾ ਤਾਂ ਹੌਲੀ ਹੌਲੀ ਉਹਨੇ ਦੁੱਧ ਵਧਾ ਦੇਣਾ, ਜਿਹੜਾ ਮਤਲਬ 65-70 ਪੈਸੇ ਫਰਕ ਪੈ ਜਾਣਾ ਉਹ ਦਵਾਈਆਂ ਦੇ ਨਾਲ ਹੀ, ਠੀਕ ਆ। ਨਾਲ ਮਟੈਟਸ ਜਦੋਂ ਹੁੰਦੀ ਹੈ, ਨਾਲ ਮਟੈਟਸ ਡਰੋਪ ਸਟਾਰਟ ਕਰੋ, ਡਾਕਟਰ ਸ਼ੁਕਲੇ ਦੀ ਨਾਲ ਦਿਓ, ਸਵੈਸ ਆਡਰ ਬੂਸਟ ਹੋਊਗੀ, ਤਾਂ ਜੇ ਮੱਝਾਂ ਹਿਲਦੀਆਂ ਉਹ ਬੱਚਾ ਮਰਨ ਤੋਂ ਆਉਂਦੀ ਆ, ਟੀਕੇ ਦੀ ਨਿਸ਼ਾਨੀ ਲਾਈ ਹੁੰਦੀ ਆ ਵੀ ਉਹ ਦੇਣੀ ਆ, ਤਾਂ ਜੇ ਕੋਈ ਜੇਰ ਪਸ਼ੂ ਦੀ ਹਰ ਵਾਰੀ ਪ੍ਰੋਬਲਮ ਆਉਂਦੀ ਹੈ, ਜਦੋਂ ਮੱਝ ਸੂਪੀ ਤਾਂ ਜੇਰ ਵਾਲੀ ਆਉਂਦੀ, ਇੱਕ ਸੀਸੀ ਖੋਲ੍ਹ ਕੇ ਸਾਰੀ ਦੀ ਸਾਰੀ ਨਾਲ ਦੀ ਨਾਲ ਦੇ ਦਿਓ, ਜਦੋਂ ਬੱਚਾ ਦੇ ਤਾ ਜੇਰ 1-1.5 ਘੰਟੇ ਜੀ ਪੈ ਜਾਂਦੀ ਆ ਪਸ਼ੂ, ਜਦੋਂ ਪਾਈ ਜੇਰ ਇੱਕਦਮ ਸਾਰੀ ਪੈ ਜਾਂਦੀ ਆ, ਭਾਵੇਂ 2 ਘੰਟੇ ਬਾਅਦ ਉਹ ਪਾਵੇ, ਯਾਨੀ ਕਿ ਸਾਰੀ ਕਲੀਅਰ ਹੋ ਜਾਂਦਾ। ਤਾਂ ਜੇ ਆਪਾਂ ਗੱਲ ਕਰੀਏ ਦੂਜੀ ਬਾਈ, ਤਾਂ ਵੀ ਹੋਰ ਕਈ ਕਿਸਮਾਂ ਦੇ ਇਲਾਜ ਆ, ਜਿਹੜਾ ਪਸ਼ੂ ਰਿਪੀਟਰ ਹੋ ਗਿਆ, ਜੇ ਬੰਦਾ ਕੋਸ਼ਿਸ਼ ਕਰ ਸਕਦਾ ਇਹਦੇ 'ਚ ਰਿਪੀਟਰ ਦੀ ਵੀ ਇੱਕ ਦਵਾਈ ਆਉਂਦੀ ਆ ਡਾਕਟਰ ਸ਼ੁਕਲੇ ਦੀ, ਜੇ ਤੁਸੀਂ ਕਹੋਗੇ ਬਾਈ ਨਾ ਨਾ ਦੀ ਕੋਈ ਪ੍ਰੋਬਲਮ ਨਹੀਂ, ਤੁਸੀਂ ਮੈਡੀਕਲ 'ਤੇ ਜਾਓ, ਜਿਹੜੇ ਮੈਡੀਕਲ 'ਤੇ ਡਾਕਟਰ ਸ਼ੁਕਲੇ ਦੀ ਦਵਾਈ ਹੋਮੋਪੈਥਿਕ ਮਿਲੂਗੀ, ਜਿਵੇਂ ਸਾਡੇ ਰਾਮਪੁਰੇ ਬੈਂਕ ਬਾਜ਼ਾਰ ਦੇ ਵਿੱਚ ਹੈ, ਇੱਥੇ ਸਾਡੇ ਪਿੰਡ ਦੇ ਨੇੜੇ ਰਾਈਆ ਪਿੰਡ ਹੈ, ਉੱਥੇ ਮੈਡੀਕਲ ਗੁਰੂ ਨਾਨਕ, ਉਹਨਾਂ ਕੋਲ ਮਿਲਦੀ ਹੈ, ਯਾਨੀ ਕਿ ਜਿਹੜੀ ਵੀ ਜਿੱਥੇ ਵੀ ਮਤਲਬ ਦਵਾਈ ਮਿਲਦੀ ਆ, ਹੈ ਨਾ, ਉੱਥੇ ਤੁਸੀਂ ਜਾ ਕੇ ਕੀ ਕਰਨਾ, ਉਹਦੇ ਉੱਤੋਂ ਪਰਚੀ ਲੈ ਲਿਆ ਕਰੋ, ਪਰਚੀ ਪੜ੍ਹ ਕੇ ਉਹਦੇ ਉੱਤੇ ਦੇਖ ਲਿਆ ਕਰੋ ਵੀ ਬਾਈ ਜਿਹੜੀਆਂ ਮੇਨ ਦਵਾਈਆਂ ਉਹ ਸਾਰੀਆਂ ਲਿਖੀਆਂ ਵੀ ਹੁੰਦੀਆਂ, ਵੀ ਆਹ ਕੰਮ ਵਾਸਤੇ ਜਿਹੜੀ ਆਹ ਦਵਾਈ ਹੈ, ਆਹ ਕੰਮ ਵਾਸਤੇ ਆਹ ਦਵਾਈ ਆ, ਉਹ ਤੁਸੀਂ ਉੱਦਾਂ ਹੀ ਵਰਤ ਸਕਦੇ ਹਾਂ ਦਵਾਈਆਂ, ਤਾਂ ਉਹ ਤੁਸੀਂ ਸਮਝ ਲਓ ਆਪਦੇ ਘਰੇ ਡਾਕਟਰ ਬਣ ਜਾਓਗੇ, ਉਹਨਾਂ ਦਾ ਨਾਲ ਪਰਚਾ ਲਿਆਓ, ਅਤੇ ਦਵਾਈਆਂ ਜਿਹੜੀਆਂ ਤੁਹਾਨੂੰ ਜ਼ਰੂਰਤ ਆ, ਤੁਹਾਡੇ ਪਸ਼ੂਆਂ ਨੂੰ ਪਤਾ ਤੁਹਾਨੂੰ ਵੀ ਜ਼ਰਾ ਰਹਿਣ ਦੀ ਪ੍ਰੋਬਲਮ ਆਉਂਦੀ ਹੈ, ਅਤੇ ਜਾਂ ਮਤਲਬ ਆਹ ਸਕਿਨ ਪ੍ਰੋਬਲਮ ਆ ਗਈ, ਜਾਂ ਮਟੈਟਸ ਆ ਗਈ, ਮਟੈਟ ਡਰੋਪ ਆ ਗਈ, ਜਾਂ ਦੁੱਧ ਘੱਟ ਗਿਆ, ਸਵੈਸ ਆਡਰ ਬੂਟ ਹੈ, ਜਾਂ ਮੈਸ ਮਿਲਦੀ ਨਹੀਂ, ਤਾਂ ਠੀਕ ਆ ਨਹੀਂ ਆਪਾਂ ਲਾਉਣਾ, ਅਤੇ ਆਹ ਚੀਜ਼ ਦਵਾਈ ਦੇਈਏ, ਉਹ ਤਕਰੀਬਨ ਸਾਰੀਆਂ ਦਵਾਈਆਂ ਹੀ ਆ, ਤੁਸੀਂ ਉਹ ਲੈ ਸਕਦੇ ਆ, ਹੈ ਨਾ। ਦੂਜੀ ਗੱਲ ਠੰਡ ਵਾਲਾ ਫਾਰਮੂਲਾ, ਜਿਹਦੇ ਥਣਾਂ ਦੇ ਵਿੱਚ ਜਮ੍ਹਾਂ ਦੁੱਧ ਘਟਿਆ ਵਾ, ਦੁੱਧੋ ਛੱਡੀ ਵੀ ਪਤਾ ਹੁੰਦਾ ਮਗਰਲੇ ਥਾਂ 'ਚ, ਉਹ ਠੰਡ ਦੇ ਵਿੱਚ ਜਿਹੜੀਆਂ ਮੈਸਾਂ ਸੁਣਨੀਆਂ, ਉਹਦੇ ਵਾਸਤੇ ਵੀ ਆਪਾਂ ਤੁਹਾਡੇ ਨਾਲ ਇੱਕ ਫਾਰਮੂਲਾ ਸਾਂਝਾ ਕਰਨਾ, ਠੀਕ ਹੈ ਜੀ। ਪਰ ਉਹ ਦੇਣਾ ਠੰਡ ਦੇ ਵਿੱਚ, ਜੇ ਪਹਿਲਾਂ ਦੇ ਤਾਂ ਪਹਿਲਾਂ ਵੀ ਬਾਈ ਜੀ ਕਈ ਵਾਰੀ ਪਸ਼ੂ ਦੇ ਭਾਰ ਦੀ ਪ੍ਰੋਬਲਮ ਵੀ ਪੈ ਜਾਂਦੀ ਆ, ਉਹ ਠੰਡ ਦੇ ਵਿੱਚ ਦੇਣਾ ਸਰਦੀਆਂ ਦੇ ਵਿੱਚ, ਠੀਕ ਹੈ। ਜਿਹੜਾ ਉਹ ਸਰਦੀਆਂ ਵਾਲਾ ਵੀ ਫਾਰਮੂਲਾ ਦੁੱਧ ਦੇ ਵਿੱਚ, ਉਸ ਨੂੰ ਸਰਦੀਆਂ ਦੇ ਵਿੱਚ ਹੀ ਦੱਸਾਂਗੇ, ਮੈਂ ਤਾਂ ਹੀ ਨਹੀਂ ਦਿਖਾਤਾ, ਕਈ ਵਾਰ ਅਣਜਾਣ ਬੰਦੇ ਅਗਲਾ ਕਹਿੰਦਾ ਯਾਰ ਥੋੜ੍ਹਾ ਥੋੜ੍ਹਾ ਦੇ ਦਿਓ, ਕੀ ਚੱਕਰ ਹੈ, ਕਈ ਵਾਰੀ ਭਾਰ ਪੈ ਗਿਆ, ਫਿਰ ਅਗਲਾ ਕਹਿੰਦਾ ਦੱਸਿਆ ਸੀਗਾ ਯਾਰ ਉਹਨਾਂ ਨੇ ਇਹ ਚੱਕਰ ਹੈ।
ਤਾਂ ਇਹ ਦੇਖੋ ਹੁਣ ਸਾਰੇ ਐਂ ਵਧੀਆ, ਅੱਜ ਮੌਸਮ ਕਰਕੇ ਪੂਰਾ ਵਧੀਆ, ਠੰਡ ਆ ਵਧੀਆ, ਗਾਲਾਂ ਵੱਢੀ ਜਾਂਦੀਆਂ। ਅਤੇ ਦੂਜੀ ਗੱਲ ਕਰਦੇ ਹਾਂ ਆਪਾਂ ਬਰੀਡਿੰਗ ਦੀ, ਹੁਣ ਗੱਲ ਆ ਮੁੱਕਦੀ ਆ ਬਰੀਡਿੰਗ 'ਤੇ ਜੀ। ਜੇ ਹੁਣ ਬਰੀਡਿੰਗ 'ਤੇ ਗੱਲ ਆ ਵੀ ਗਈ, ਹੁਣ ਬਰੀਡਿੰਗ ਦੀ ਆਪਾਂ ਗੱਲ ਕਰੀਏ, ਅੱਜ ਫਲੀ ਵੀ ਸੰਗਲ ਤੜ ਆ ਗਈ, ਅੱਜ ਹੁਣ ਕਿਰਾਂ ਅਰਜੀ ਕੀਤਾ ਵਾ, ਹੁਣ ਰੱਸੇ ਰੱਸੇ ਪਾਉਣੇ, ਅੱਜ ਕੰਘਾਂ 'ਤੇ ਸੈੱਟ ਕਰਨ ਵਾਲਿਆ, ਸਾਰਾ ਕੁਛ ਇਹੀ ਕਰਦੇ, ਠੰਡ ਹੈਗੀ ਅੱਜ ਕੰਘਾਂ ਦੇ। ਅਤੇ ਵੀ ਬਾਈ ਜੀ ਮੇਨ ਬਰੀਡਿੰਗ ਦੀ ਗੱਲ ਆ ਗਈ, ਹੁਣ ਮੇਨ ਬਰੀਡਿੰਗ ਕਿਵੇਂ ਕਰੀ ਜਾਵੇ। ਹੁਣ ਬਰੀਡਿੰਗ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਆਪਾਂ ਨੂੰ ਕਿਸੇ ਦਾ ਕੋਈ ਟਾਰਗੇਟ ਕਰਨ ਦਾ ਕੋਈ ਮਸਲਾ ਨਹੀਂ, ਵੀ ਇੱਕ ਵੀ ਤੁਸੀਂ ਜਿਹੜੀ ਬਰੀਡਿੰਗ ਕਰਨੀ ਹੈ, ਤੁਸੀਂ ਜਿਹੜਾ ਵੀ ਬੁੱਲ ਵਰਤਣਾ, ਜਿਹੜਾ ਬੁੱਲ ਤੁਸੀਂ ਵਰਤੋਂਗੇ, ਉਹ ਤੁਸੀਂ ਬਾਈ ਜਿਹੜਾ ਬੁੱਲ ਵਰਤਣਾ, ਮਤਲਬ ਮੰਨ ਲਓ ਕਹਿਣ ਦਾ ਭਾਵ ਕੀ ਹੈ ਵੀ ਉਹ ਤੁਸੀਂ ਬੁੱਲ ਤੁਸੀਂ ਦੇਖੋ ਜਦੋਂ ਦਾ ਚਲੋ ਨਵਾਂ ਜਵਾਨ ਹੈ ਜਿਹੜਾ ਬੁੱਲ, ਉਹਨਾਂ ਦੀਆਂ ਤੁਸੀਂ ਮਾਵਾਂ ਦਾ ਦੁੱਧ ਜ਼ਰੂਰੀ ਦੇਖਣਾ ਬਾਈ ਹਮੇਸ਼ਾ। ਇਹ ਨਵੇਂ ਬੰਦਿਆਂ ਵਾਸਤੇ ਹੈ ਬਾਈ, ਜੇ ਤੁਹਾਨੂੰ ਆ ਕੇ ਬੰਦਾ ਕਹਿੰਦਾ ਵੀ ਆਹ ਚੀਜ਼ ਵਰਤ, ਪਹਿਲਾਂ ਉਦੋਂ ਹਿਸਟਰੀ ਪੁੱਛੋ ਸਾਰੀ ਵੀ ਕਿਵੇਂ ਆ ਬਾਈ। ਤਾਂ ਜੇ ਚੰਗਾ ਰਿਜ਼ਲਟ ਆ ਤਾਂ ਬਈ ਵਰਤੋ, ਹੈ ਨਾ, ਜਿਹਦੀਆਂ ਮਾਵਾਂ ਨੇ ਦੁੱਧ ਦਿੱਤਾ, ਵਧੀਆ ਦੁੱਧ ਦਿੱਤਾ, ਉਹ ਬੁੱਲ ਨੂੰ ਵਰਤੋ, ਆਪਾਂ ਯੂਜ ਕਰੋ, ਉਹ ਕੋਈ ਵੀ ਮਰਜ਼ੀ ਹੈ, ਆਪਾਂ ਦੀ ਨੀਲੀ ਰਾਵੀ, ਆਪਾਂ ਦੀ ਮੋਰਾ ਜੀ, ਉਹਨੂੰ ਵਰਤੋ, ਠੀਕ ਹੈ। ਜਿਹੜੇ ਨਵੇਂ ਜੰਗ ਬੋਲ ਹੈ, ਜੰਗ ਜਿਹੜੇ ਬੋਲ ਹੈ ਵੀ ਮਤਲਬ ਮੰਨ ਲਓ ਜਿਹੜੇ 7 ਕੁ ਸਾਲਾਂ ਤੱਕ ਹੈ, 7 ਸਾਲਾਂ ਤੋਂ ਛੋਟੇ ਆ ਗਏ, 8 ਸਾਲਾਂ ਦੇ ਲਗਭਗ ਆ ਗਏ, ਉਹਨਾਂ ਦੀਆਂ ਸਾਰੀਆਂ ਦਾ ਮਾਵਾਂ ਦਾ ਰਿਕਾਰਡ ਦੇਖ ਕੇ ਤਾਂ ਟੀਕੇ ਭਰਾਓ। ਬਾਕੀ 7 ਸਾਲਾਂ ਤੋਂ ਬਾਅਦ ਜਿਹੜੀਆਂ ਝੋਟੀਆਂ ਹੁੰਦੀਆਂ, ਸਾਰੇ ਸਾਹਾਂ ਦੀਆਂ ਤਕਰੀਬਨ ਸੁਣ ਲੱਗ ਜਾਂਦੀਆਂ। ਜਿਹੜਾ ਸਾਹ ਤੁਸੀਂ ਵਰਤਣਾ, ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਵੀ ਵੱਡੇ ਆ ਜਿਹੜੇ ਸਾਹ ਨੇ ਵੀ ਉਹ ਚੱਲੀ ਜਾਂਦੇ ਰਹਿੰਦੇ ਆ, ਹੈ ਨਾ, ਆਪਾਂ ਕਹਿੰਦੇ ਆਪਾਂ ਲਾਉਣਾ, ਹੈ ਨਾ, ਉਹ ਜਿਹੜਾ ਸਾਹ ਹੈ ਵੱਡੇ ਭਾਈ, ਜਿਹੜਾ ਸਾਹ 8-9 ਸਾਲਾਂ ਦਾ ਹੋ ਗਿਆ, ਤਾਂ ਜੇ ਤੁਸੀਂ ਮੰਨੋ ਵੀ ਉਹ ਸਾਹ ਦਾ ਆਪਾਂ ਨੂੰ ਤਕਰੀਬਨ ਹੀ ਪਤਾ ਹੋਵੇ, ਠੀਕ ਹੈ, ਵੀ ਹਾਂ ਯਾਰ ਵੀ ਇਹ 9 ਸਾਲਾਂ ਦਾ ਸਾਹ ਹੋ ਗਿਆ, ਜੇ ਆਪਾਂ ਘਰ ਵੀ ਤਕਰੀਬਨ ਆਪਾਂ 9 ਸਾਲਾਂ ਦਾ ਸਾਹ ਪਾਲਾਂਗੇ ਜੀ, 2.5 ਸਾਲਾਂ ਦਾ ਆਪਾਂ ਕੱਟੇ, ਆਹ ਜਿਵੇਂ ਭਾਰ ਸੀਗਾ, ਭਾਰ ਤੋਂ ਆਪਾਂ 1.5 ਸਾਲ ਤੋਂ ਇੱਕ ਮੈਂਸ ਕਨਸੀਵ ਕਰਾ ਲਈ ਸੀ, ਜਦੋਂ ਨੂੰ ਇਹ 2 ਸਾਲਾਂ ਦਾ ਹੋਇਆ ਦੂਜੀ ਕਨਸੀਵ ਹੋ ਗਈ ਸੀਗੀ ਇੱਕ ਹੋਰ, ਠੀਕ ਹੈ। ਤਾਂ ਇੱਕ ਅਤੇ ਉਦੋਂ ਬਾਅਦ ਕਹਿਣ ਦਾ ਭਾਵ ਕੀ ਹੈ, ਜਦੋਂ ਨੂੰ 1.5 ਸਾਲ ਦਾ ਹੋਇਆ ਬਾਕੀ ਕਿੰਨੇ ਬੰਦਿਆਂ ਨੇ ਸੀਮਣਾ 'ਤੇ ਵੀ ਇਹ ਕਨਸੀਵ ਕਰਵਾ ਲਈਆਂ। ਜੇ ਹੁਣ ਆਪਾਂ ਕਹਿ ਦਈਏ ਵੀ ਜਦੋਂ ਪਾਰਸ 6 ਸਾਲਾਂ ਦਾ ਹੋਜੂ, ਅਤੇ ਜੇ ਇਹਦਾ ਰਿਜ਼ਲਟ ਦਾ ਨਾ ਪਤਾ ਲੱਗੂ, ਤਾਂ ਬਾਈ ਜੇ ਰਿਜ਼ਲਟ ਨਾ ਦਿਖਾਵਾਂਗੇ ਤਾਂ ਆਪਾਂ ਵੀ ਆਪਾਂ ਰਿਜ਼ਲਟ ਦੇਖਣਾ, ਰਿਜ਼ਲਟ ਦਿਖਾਉਣ ਦਾ ਹੱਕ ਬਣਦਾ ਸਾਰੇ ਝੋਟਿਆਂ ਵਾਲਿਆਂ ਦਾ, ਜਿਹੜੇ ਨਵੇਂ ਭਰਾ ਗਏ, ਨਵੇਂ ਭਰਾ ਇੰਨੇ ਪੈਸੇ ਲਾ ਕੇ ਬਰੀਡਿੰਗ 'ਤੇ ਕੰਮ ਕਰਨਾ ਸ਼ੁਰੂ ਕਰਦੇ, ਜਦੋਂ ਉਹਨਾਂ ਕੋਲ 3 ਸਾਲਾਂ ਬਾਅਦ ਉਹਨਾਂ ਦੀ ਮਿਹਨਤ ਰੰਗ ਨਹੀਂ ਲਿਆਉਂਦੀ, ਕੰਮ ਖਰਾਬ ਹੋ ਜਾਂਦਾ ਬਾਈ, ਅਤੇ ਦਿਲ ਵੀ ਦੁੱਖਦਾ ਅਤੇ ਗਾਹਾਂ ਨੂੰ ਬਰੀਡਿੰਗ ਨੂੰ ਨੱਕ ਵੀ ਨਹੀਂ ਕਰਦਾ, ਠੀਕ ਹੈ। ਫਿਰ ਉਹ ਕਹਿੰਦੇ ਵੀ ਬਾਈ ਇਹ ਬਰੀਡਰਾਂ ਦੀ ਬਸ ਦੀ ਗੱਲ ਹੈ, ਸਾਡੇ ਬਸ ਦੀ ਗੱਲ ਨਹੀਂ। ਹੁਣ ਬਰੀਡਰ ਹੈ ਜਿਹੜਾ ਬਰੀਡਰ, ਇਹ ਸੋਚ ਕੇ ਚੱਲਦਾ ਬਾਈ, ਉਹ ਸੋਚ ਕੇ ਚੱਲਦਾ ਵੀ ਇਹ ਝੋਟਾ 10 ਸਾਲਾਂ ਦਾ ਹੋ ਗਿਆ, ਇਹਦੀਆਂ ਕੱਟੀਆਂ ਕਿੱਥੋਂ ਹੈ, ਠੀਕ ਹੈ। ਕਹਿਣ ਨੂੰ ਤਾਂ ਆਪਾਂ ਹਰ ਇੱਕ ਕਹਿੰਦਾ ਵੀ ਬਾਈ ਜੀ ਇਹਦੀ ਬਾਹਲੀ ਤਕੜੀ ਪਰੋਜ ਨਹੀਂ ਆਈ, ਵੀ ਬਾਹਲੀ ਤਕੜੀ ਪਰੋਜ ਨਹੀਂ ਆਈ ਹੈ, ਪਰ ਆਪਾਂ ਉਹਨਾਂ ਨੂੰ ਡਿਟੇਲ ਦੱਸੋ, ਡਿਟੇਲ ਆਪਾਂ ਪੁੱਛੋ ਵੀ ਬਾਈ ਜੀ ਇਹਦੀ ਜਿਹੜੀ ਪਰੋਜ ਨਹੀਂ ਆ, ਇਹਦੀ ਇੰਨੀ ਆਈ ਆ, ਫਲਾਣੇ ਥਾਂ 'ਤੇ ਇਹਦੀ ਝੋਟੀ ਖੜੀ ਆ, ਭਾਂਦੀ ਕੋਈ DNA ਟੈਸਟ ਕਰਾਵੇ ਇੰਨਾ ਦੁੱਧ ਆ, ਫਲਾਣੇ ਥਾਂ 'ਤੇ ਕੜੀ ਇੰਨਾ। ਹੁਣ ਜਿਹੜਾ ਝੋਟਾ 8-9 ਸਾਲਾਂ ਦਾ ਹੋਜੂਗਾ, 7-8 ਸਾਲਾਂ ਤੋਂ ਬਾਅਦ ਹੋਊਗੇ, ਉਹਨਾਂ ਦੇ ਬੱਚੇ ਸਾਰਿਆਂ ਦੇ ਆ ਜਾਣਗੇ। ਅਤੇ ਜੇ ਹੁਣ ਆਪਾਂ ਨੂੰ ਬੰਦਾ ਕਹਿੰਦਾ ਵੀ ਇਹਦੇ ਤਾਂ ਬੱਚੇ ਨਹੀਂ ਹਜੇ ਆਏ ਯਾਰ, ਦੁੱਧ 'ਤੇ ਆਉਣਗੀਆਂ, ਉਹ ਗੱਲਾਂ ਸਾਰੀਆਂ ਗਲਤ ਹੈ, ਠੀਕ ਹੈ ਜੀ। ਵੀ ਜਦੋਂ ਝੋਟਾ ਤੁਸੀਂ ਜਿਹੜਾ ਵੱਡੀ ਉਮਰ ਦਾ ਵਰਤਣਾ, ਉਹਦਾ ਪਹਿਲਾਂ ਰਿਜ਼ਲਟ ਦੇਖੋ ਵੀ ਉਹਦੀ ਮਾਂ ਦਾ ਦੁੱਧ ਸੀਗਾ, ਮਾਂ ਦਾ ਦੁੱਧ ਹੋਵੇ ਨਾ ਹੋਵੇ, ਅਤੇ ਉਹ ਚੀਜ਼ ਦਾ ਜੇ ਨਹੀਂ ਸੱਚ ਸੌਰੀ ਹੋਵੇ ਨਾ, ਵੀ ਜੇ ਨਹੀਂ ਵੀ ਪਤਾ ਲੱਗਿਆ ਉਹਦੀ ਮਾਂ ਦਾ ਦੁੱਧ ਦਾ, ਤਾਂ ਪਰ ਜਿਹੜੀਆਂ ਉਹਦੀਆਂ ਆਉਣ ਵਾਲੀਆਂ ਧੀਆਂ, ਉਹ ਤੁਹਾਨੂੰ ਜ਼ਰੂਰੀ ਹੈ। ਨਹੀਂ ਹੁਣ ਕੀ ਕਰਦੇ ਆਪਾਂ, ਹੁਣ ਬਈ ਮਾਂ ਦਾ ਦੁੱਧ ਬਹੁਤ ਚੰਗਾ ਸੀਗਾ, ਪਰ ਇਹਦੀ ਮਾਂ ਬਈ ਆਪਾਂ ਬੇਇੱਜ਼ਤੀ ਸੀਗੀ, ਇਹਦੀ ਮਾਂ ਜਾਂ ਚੱਲ ਗਈ ਸੀਗੀ, ਸੁਰਗਵਾਸ ਹੋ ਗਈ, ਕਹਿਣ ਦਾ ਭਾਵ, ਠੀਕ ਹੈ। ਪਰ ਉਹ ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ। ਅਤੇ ਪਰ ਇੱਕ ਚੀਜ਼ ਤਾਂ ਹੈਗੀ ਹੈ ਵੀ ਝੋਟਾ ਉਹ 12-15 ਸਾਲਾਂ ਦਾ ਹੋ ਗਿਆ, ਉਹਦੀ ਪਹਿਲਾਂ 3 ਸਾਲ ਦੀ ਮੰਨ ਲਓ, 3 ਸਾਲ ਦੇ ਝੋਟੇ ਤੋਂ ਬਰੀਡਿੰਗ ਕਰਾਤੀ, ਜਿੱਦੇ ਝੋਟਾ 6 ਸਾਲਾਂ ਦਾ ਹੋਇਆ, ਉਹਦੇ ਜਿਹੜੇ ਪਹਿਲੇ ਬੱਚੇ ਆ ਵੀ 50-100 ਪਹਿਲੇ ਸਾਲ ਦਾ, ਜਿੱਦੇ ਝੋਟਾ 6 ਸਾਲਾਂ ਤੋਂ ਪਹਿਲਾਂ ਉਹ ਬੱਚੀਆਂ ਸਾਰੀਆਂ ਸੂ ਪੈਣੀਆਂ। ਉਦੋਂ ਬਾਅਦ ਮੰਨ ਲਓ ਹਰ ਸਾਲ ਹੀ ਜਦੋਂ ਝੋਟਾ 4 ਸਾਲ ਦਾ ਹੁੰਦਾ, ਉਦੋਂ ਵੀ ਪੈਦਾ ਹੁੰਦੀਆਂ, ਉਦੋਂ ਮਤਲਬ ਮੰਨ ਲਓ ਅਗਲੇ ਸਾਲ ਵੀ ਹੁੰਦੀਆਂ, ਹਰ ਸਾਲ ਉਹਦੀਆਂ ਝੋਟੀਆਂ ਸੂਈ ਜਾਂਦੀਆਂ। ਘੱਟੋ ਘੱਟ ਪਹਿਲਾ ਪੂਰ 6 ਸਾਲਾਂ ਦਾ, ਜਦੋਂ ਝੋਟਾ 6 ਸਾਲਾਂ ਦਾ ਹੁੰਦਾ ਪਹਿਲਾ ਪੂਰ ਸੂਪਿਆ, ਦੂਜਾ 7 ਦਾ, ਤੀਜਾ 8 ਦਾ, 9 ਦਾ, 10 ਦਾ, ਯਾਨੀ ਕਿ 5-5 ਸਾਲਾਂ ਦੀਆਂ ਝੋਟੀਆਂ, 5-5 ਸੂਏ ਹੋ ਗਈਆਂ ਝੋਟੀਆਂ ਵੀ ਉਹ ਝੋਟਿਆਂ ਦੀਆਂ। ਪਰ ਉਹ ਚੀਜ਼ਾਂ ਆਪਾਂ ਨੂੰ ਫਿਰ ਦੇਖਦੀਆਂ ਕਿਉਂ ਨਹੀਂ ਬਾਈ, ਜੇ ਰਿਜ਼ਲਟ ਹੈ ਦੇਖਦੀਆਂ ਕਿਉਂ ਨਹੀਂ। ਜੇ ਰਿਜ਼ਲਟ ਹੋਵੇ ਤਾਂ ਅੱਜ ਤੱਕ ਹਰ ਇੱਕ ਦੇ ਘਰੇ ਦੁੱਧ ਬਹੁਤ ਸੋਹਣਾ ਹੋਵੇ, ਜਿਵੇਂ ਗਾਵਾਂ ਦੇ ਉੱਤੇ ਸੈੱਪ ਦੇ ਉੱਤੇ ਕਿਉਂ ਚੰਗਾ ਕੰਮ ਹੋਇਆ, ਕਿਉਂਕਿ ਸਾਰੇ ਇੰਪੋਰਟ ਟੀਕੇ ਆਏ ਜੀ, ਬਾਹਰੋਂ ਆਏ ਆ, ਬਾਹਰ ਦੀ ਤਕਨੀਕ ਹੀ ਇਹੋ ਜਿਹੀ, ਤੁਹਾਨੂੰ ਪਤਾ ਉਹਨਾਂ ਨੇ ਯੂਜ ਹੀ ਉਹ ਕੀਤਾ ਲੈਣ ਪੈਡਾਗਰੀ ਦੇ ਹਿਸਾਬ ਨਾਲ ਵੀ ਇਹਦਾ ਇੰਨਾ ਦੁੱਧ ਆ, ਇਹਦਾ ਇੰਨਾ ਦੁੱਧ ਆ ਰੱਖਣਾ, ਜਾਂ ਫਾਰਮ ਦੇ ਉੱਤੇ ਆਪਾਂ ਨਹੀਂ ਰੱਖਣਾ, ਉਹ ਸਾਰਾ ਕੁਛ ਚੱਲੀ ਜਾਂਦਾ ਰਹਿੰਦਾ। ਤਾਂ ਜਦੋਂ ਹੁਣ ਵੀ ਆਪਾਂ ਨੂੰ ਉਹਦੀਆਂ ਚੀਜ਼ਾਂ ਨਹੀਂ ਪਤਾ, ਆਪਾਂ ਸਾਰੇ ਮਗਰ ਲੱਗ ਕੇ ਆਪਾਂ ਕਹਿੰਦੇ ਨਾ ਠੀਕ ਆ ਯਾਰ, ਉਹ ਝੋਟਾ ਦਾ ਸਾ ਬਾਹਲਾ ਤਕੜਾ, ਬਾਹਲੀ ਤਕੜੀ ਪਰੋਜਨੀ ਆ, ਤੁਹਾਡਾ ਹੱਕ ਬਣਦਾ ਮੇਰੇ ਝੋਟੇ ਦਾ ਸੀਮਨ ਲਾਉਣਾ, ਤੁਸੀਂ ਹੱਕ ਬਣਦਾ ਤੁਹਾਡਾ, ਡਿਟੇਲ ਪੁੱਛੋ। ਜੇ ਤੁਹਾਨੂੰ ਡਿਟੇਲ ਨਹੀਂ ਪਤਾ ਲੱਗਦੀ ਵੀ ਯਾਰ ਇਹਨਾਂ ਦਾ ਕਪਲਾ ਜਾ, ਤਾਂ ਤੁਸੀਂ ਮਤਲਬ ਉਹਨੂੰ ਰਹਿਣ ਦਿਓ, ਠੀਕ ਆ, ਉਹ ਚੀਜ਼ ਨਾ ਵਰਤੋ, ਕਿਉਂਕਿ ਤੁਹਾਡੀ ਮਿਹਨਤ ਆ, 3 ਸਾਲ ਤੁਸੀਂ ਮਿਹਨਤ ਕਰਨੀ ਆ ਵੀਰੇ। ਬੱਚਾ ਪਹਿਲਾਂ ਤੁਸੀਂ ਦੇਖੋ, ਸਾਲ ਜਿਹੜੀ ਝੋਟੀ ਨੂੰ ਪਾਲੂੰਗੇ,
मान लो साल झोटी पा लिया, साल बाद तो देखो उन्हें फिर सामी जाने, बच्चा आता बच्चे तीन साल सामभते हैं, तीन साल बाद तो बच्चे ही सूंदी है, तो जे तीन साल बाद तो सू के उही सत्त अठ लीटर दुध वाली रही है, तो वो फिर दिल टुटने वाला काम ही हो जाता जी ब्रीडिंग है। जिनी क आप करनी है जे 10-12 लीटर वाली भरा तो 13-14 लीटर का हक बनता, हक उ बनूगा वो झोटिया के उत्ते दुध वधूगा। जो झोटे आ जोड़े तुम आटोमैटिक ही मतलब तुम रखो, जे सारे झोटे आ जोड़े तुम देख के चंकी तरह तो वह झोटे तुम वरतो, फिर जाके आ जिहड़ा तां कहण दा भाव ऐ है वी जिहड़ा तां 7 सालों तो उपर आ झोटा 8 सालों का उहदियां तां कट्टियां जे तां तुसीं अखी देख लईआं भावें उह मोहरा भावें नीली दा वी कोई मर्जी है, जे तां तुसीं अखी देख लईआं उहदियां कट्टियां फिर तां उहदे टीके भराओ। ते जे तुहानूं बंदा कहिंदा बई जी बहुत चंगीआं कट्टियां गा बहुत प्रोजनी तकड़ी उहदा टीका बई जमी ना भराओ, ठीक है। जे ब्रीडिंग दे कम करना, ब्रीडिंग दे कम करना फिर तुसीं कहिंदे कोई टीका सी किहदा भराईए, टीका तुसीं इह भराईए तुसीं मेले देखिआ करो तां लैब चवाईआं देखिआ करो, ठीक है जी, रिसर्च करिआ करो वी किहदी मां दुध झोटे दी किहड़ी किन्ना कु दुध दिंदी है, कितने वो धी खड़ी है कितने नहीं खड़ी है, यीज़ा तुम जो नहीं आपको पता नवे भरा वो पुराने बंद तो पुस लो भी बई जी असं टीके भराने किड़े के भरा गए। हूँ बच्चे सहन तो यह जे पंगा जिन्हों मावं ने भी बड़े बड़े चंगे दुध कटे है, ठीक है, वह जे झोटे भी पाए है, ठीक है। तो वो झोटियां निंदन वाला काम उ करते हैं जिन्होंने मतलब पैसा बद बना, क्योंकि जो आम सीमें सूँ अगे भी दसाया तो जड़िया चीज़ा डुप्लीकेट भी 20-30 रुपये तो स्टार्ट हो जाएगा, डुप्लीकेट सीमन सब तो वह लगता है, मतलब गाहां की गाहां सारे तो वह कान है, मतलब जो डुप्लीकेट सीमन कर रहे हैं पंजाब दे विच, दूजा कान दूजे नंबर ते कान यही हो गया भी ब्रीडिंग दा, तां भी झोटे अपने बुढ़े होके जान वाले हो जाते हैं, तो मामा दा दुध नहीं पता किसी नूं, धीआं दा नहीं पता, बस कल्ली बॉडी दिखा के आपां कह देना भी बाली तगड़ी प्रोजनी है बहुत तगड़े बच्चे है, इहदा करके आपां अगे नहीं वध सकदे। तो जे ये चीज़ ना सोची भी मैं वीडियो दावा कर सकदा भी जे आपां चीज़ ये ना सोची आने वाले समय के थोड़े सालों के अपने लोग दुध करने नूं जाई जांदे ते, पर मेरे हिसाब दे नाल तां दुध घटने वाले पासे वध जाई जांदे आ, दुध बदने वाले पासे जिहड़े भरा काम करते हैं जां जिहड़े नॉलेज रखते हैं भी यार आपां तां ओह टीके ही भराउणा है जिहदी माँ ने दुध दिता जां जिहदी धी ने दुध दिता, डीएनए टेस्ट की पक्का होवे जां बच्चे आपके हत्थी जमे होण ते जां उहदी माँ देखी होवे आप भी आह कट्टा दे मगर सीगा यार फलाने थां ते फलाना इन्ना दुध कढ़िया लैब चवाईआं कीतीआं, क्योंकि अगले का पता ही हुंदा भी चीज़ हर एक दे फार्म का पता ही हुंदा भी आह कट्टा उहदा है, ठीक है जी, वह कट्टे दा जे आपां टीका भरावांगे वह अपने फार्म के उत्ते दुध देवे भावें दी ना देवे पर तुहाडे मन नूं यकीन है दसली है, ठीक है भी बाकी यकीनन टीका वधिया लग्गिआ भी आपां इह नहीं कहिंदे भी सारिआं दे चंगे झोटिआं दे भी सारिआं दे रिजल्ट आउंदा नहीं, सारिआं ते भी नहीं आउंदा, पर उहदे उत्ते सिर्फ इक इन्ना क यकीन हो जांदा हुंदा भी हाँ यार बई भी चंगा झोटा उहदी माँ दा बहुत चंगा दुध है, पर जे तुसीं यकीन करोगे ये चीज़ मैं यकीन नाल कह सकदा भी तुहाडे घरे अप दुध होऊगी होऊगा पांदी लीटर हो जाए पांदी डेढ़ लीटर हो जाए, जे दुध आपदी माँ ते रहेगा तो उहदी बॉडी अप हो जाऊगी, बॉडी वाली सोहणी बन जाऊ, तकड़ी बॉडी हो जाऊ, थण दूर हो जाएंगे बहुत कुछ होजू, मतलब जे आपां ब्रीडिंग करदे आं 20-30 पैसे हर ब्रीडिंग दे विच अलग अलग है, कोई ब्रीडिंग दे विच दुध वधू किसे च बॉडी वधू किसे च सनखापण वधू हर एक चीज़ आउंदा है, पर दुध यकीनन दुध भी वध ही है 12 लीटर वाली 13 लीटर दे जरूर पहुँचूगी, 14 दे भी पहुँचू हो सकता पहली बार 15 दे भी पहुँच जाण, तो यह चक्कर है जी ब्रीडिंग के बस यही गलों का ध्यान रखो, जो बड़े झोटे उन्होंने धियां देखो, जो छोटे झोटे उन्होंने मामा देखो, बस ये दो चीज़ा कर लग जाओ ब्रीडिंग छोटे को थोड़े सालों के ही मतलब 3 सालों के ही बच्चे छोटे को आन लग जाएंगे तो दुध का सारा आप ही पता लग जाऊ, ये किमें लगी अपनी आर्ट एंड दी है, देखो आर्ट एंड सीमन मिलन हट गए से प्रदीप अपना मित्र तो वीडियो का खैर देखता तो वो को सीमन आर्ट एंड वह ना रेदू डेयरी फार्म बड़ा प्यार से ताऊ नाल उत्थे वो जाता रहा एंड से भी उन्होंने टीके डॉक्टर को सद के उन्हें दिते भी 10-15 टीके पे आते लै जाते उदू बाद नहीं मिलने, फिर डॉक्टर साहब ने 2 टीके आपके घर लाई वो कंसीव होगी, 2 टीके उन्हें मैंने दिते मित्रता करके प्रदीप ने गुरु सर तो डॉक्टर बाहर गया कनेडा तो 2 टीके मैंने 2 टीके मेरे साले तो 2 होर रिश्तेदारा जानी कि 10 टीके असी 5-4 रिश्तेदार लाइया उन्होंने बच्चों मेरे को कट्टी आ गई दविंदर को कट्टी आ गई आ टाइम की तो प्रदीप के घर मेरे हिसाब से कट्टी आई पता नहीं कट्टा आया तो एक बच्चा उन्होंने घर आया तो 1-2 11 मित्रों के आए हैं 11 मित्र जो रिश्तेदारी वो मामे के मुंडे को उन्हें कट्टा दिता है जाने कि देखो दविंदर वाली झोटी ने भी सोहना दुध दिता अपने वाली झोटी तो पता लग जू भी आर्ट एंड का किमें है जाने कि आर्ट एंड का भी जो रिजल्ट बहुत ज्यादा मनिया हुआ सगा तो जे तो इन्हें झोटी ने जो होर 2-4 टीके पे है जे तो हूँ इन्हें दुध कढ़िया तो आप जो 2-4 टीके एक अद्धी मज होर कंसीव करवा लेंगे तो जे इन्हें दुध ना कढ़िया तो फिर ओके बाय है जी, बस यही चक्कर है ब्रीडिंग का यही राज है भी आप देखिए पता कोई नहीं भी कि करने आ BM 377 की कट्टी है अपनी तो बड़ा वधिया रिजल्ट है, उम्र भी छोटी है तो इन्हें हुण मेरे हिसाब ने 9वें 10वें महीने तो पहला सू पाना 10वें तो 9वें के सू पाना तो वो पहले नंबर पर दिल्ली वाली बैठी आ दूजे नंबर पर दिल्ली वाली आ बैठी है 3जे नंबर पर कट्टा सीगा मर गया सी 4थे नंबर पर यह कट्टी बैठी है वो दिल्ली वाली की 5वें नंबर पर यह कट्टी बैठी है दिल्ली वाली की 6वें नंबर पर दिल्ली वाली की कट्टी बैठी है इधर बैठी है तो हूँ आदि इतों बस चार क जानवर है वो कट्टा भी चलो किसी भरा गल हुई हूँ वो कट्टे थोड़ा जहा सामना ज्यादा वो कल ही रह गया झोटा तो
ਉਹਦੀ ਬਣਾਉਣੇ ਆ ਗੱਲਬਾਤ ਤੁਹਾਨੂੰ ਦਿਖਾਵਾਂਗੇ ਥੋੜ੍ਹੇ ਦਿਨਾਂ ਤੱਕ ਵੀਡੀਓ ਦੇ ਵਿੱਚ ਇੱਕ ਵਾਰੀ ਤੁਹਾਨੂੰ ਮੈਂ ਕਵਰ ਵੀ ਕਰਕੇ ਦਿਖਾਉਣਾ ਤਾਂ ਜਦੋਂ 20-25 ਦਿਨਾਂ ਨੂੰ ਫਿਰ ਤੁਹਾਨੂੰ ਗੌਰ ਨਾਲ ਦਿਖਾਵਾਂਗੇ 20-25 ਦਿਨਾਂ 'ਚ ਤੁਸੀਂ ਦੇਖੋ ਕੱਟੇ 'ਚ ਗੁਣ ਬਹੁਤ ਜ਼ਿਆਦਾ ਬਰੇਲੇ ਵੇਲ ਬਹੁਤ ਲੰਮੀ ਆ ਗਰਦਨ ਬਹੁਤ ਜ਼ਿਆਦਾ ਚੰਗੀ ਜ਼ਬਰਦਸਤ ਲੰਮੀ ਗਰਦਨ ਅਤੇ ਪ੍ਰੋਪਰ ਟੈਕਟੀਕਲਾਂ ਤੋਂ ਲਾ ਕੇ ਬੋਡੀ ਪ੍ਰੋਪਰ ਸਾਰਾ ਕੁਛ ਪ੍ਰੋਪਰ ਬਹੁਤ ਜ਼ਿਆਦਾ ਸੋਹਣਾ ਜੈੱਡ ਬਲੈਕ ਤਾਂ ਦੇ ਆ ਇਹ ਕੱਟੀ ਆ ਇਹ ਥੇ ਮਕੀਰਿੰਗ ਵਾਲੀ ਦੀ ਆ ਤਾਂ ਹੁਣ ਬਸ ਥੋੜ੍ਹੇ ਜਿਹੇ ਪਸ਼ੂ ਮਤਲਬ ਵੱਧ ਹੈ ਜਿਹੜੇ ਨਹੀਂ ਬਾਹਰ ਅੰਦਰ ਜਾ ਸਕਦੇ ਬਾਕੀ ਪਸ਼ੂਆਂ ਨੂੰ ਥਾਂ ਹੈਗੇ ਤਾਂ ਅੱਜ ਮੌਸਮ ਬਾਹਰ ਕਰਕੇ ਵੀ ਬਾਹਰ ਖੜ੍ਹੇ ਆ ਥੋੜ੍ਹਾ ਬਹੁਤਾ ਸੇਕ ਜਿਹਾ ਲੱਗ ਜੂ ਜੇ ਹੌਂਕਦੀਆਂ ਹੌਂਕਦੀਆਂ ਹੈ ਨਹੀਂ ਜੇ ਕੁਦਰਤੀ ਮਾੜਾ ਮੋਟਾ ਗਰਮੈਸ਼ ਜੀ ਵਧੀਆ ਹੌਂਕਣ ਲੱਗੀਆਂ ਉਦੋਂ ਖੋਲ੍ਹ ਕੇ ਮੈਂ ਅੰਦਰ ਕਰ ਦੇਣਾ ਤਾਂ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਜੇ ਵਧੀਆ ਲੱਗੀ ਵੀਡੀਓ ਦੱਬ ਕੇ ਕਰਿਆ ਕਰੋ ਸ਼ੇਅਰ ਤਾਂ ਬਾਕੀ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਕਿਹੜੇ ਫਾਰਮੂਲੇ ਜਿਹੜੇ ਵੱਧ ਕਮੈਂਟ ਆਇਆ ਕਰਨਗੇ ਆਪਾਂ ਉਸ ਮੁੱਦੇ 'ਤੇ ਆਪਾਂ ਗੱਲ ਜ਼ਰੂਰ ਕਰਿਆ ਕਰਾਂਗੇ ਬਾਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਵੀ ਮੇਰੇ ਭਰਾਵਾਂ ਨੂੰ ਜਿਹੜੀ ਵੀ ਕੋਈ ਵੀ ਜਾਣਕਾਰੀ ਆ ਉਹ ਸਹੀ ਮਿਲਦੀ ਰਹੇ ਠੀਕ ਹੈ ਵੀ ਮੈਂ ਦਾਅਵੇ ਦੇ ਉੱਤੇ ਖਰਾ ਉਤਰਾਂ ਠੀਕ ਹੈ ਜੀ ਅਤੇ ਅੱਜ ਤੱਕ ਆਪਣੀ ਕੋਸ਼ਿਸ਼ ਵੀ ਇਹੀ ਰਹੀ ਹੈ ਅਤੇ ਬਾਕੀ ਜਿੰਨੇ ਵੀ ਸਾਰੇ ਭਰਾ ਗਏ ਅਤੇ ਜਿਹੜੇ ਜਿਹੜੇ ਸਾਰੇ ਫਾਰਮੂਲੇ ਵਰਤੀ ਜਾਂਦੇ ਆ ਬਾਈ ਅਤੇ ਰੂਹ ਖੁਸ਼ ਹੋ ਜਾਂਦੀ ਆ ਅਤੇ ਜਦੋਂ ਬੰਦੇ ਕਹਿੰਦੇ ਆ ਵੀ ਬਾਈ ਜੀ ਬਾਈ ਨਜ਼ਾਰਾ ਆ ਗਿਆ ਬਾਈ ਇਹਨੇ ਪੂਰਾ ਫੁੱਲ ਕੰਮ ਕਰਤਾ ਠੀਕ ਹੈ ਜੀ ਅਤੇ ਆਹ ਭਰਾ ਕਹਿੰਦੇ ਸੀ ਕਹਿੰਦੇ ਨਵੀਂ ਗਾਂ ਦੇਖਣੀ ਸੀ ਇਹ ਪਹਿਲਾਂ ਆ ਕੇ ਜੀ ਬੁਖਾਰ ਚੜ੍ਹਨ ਲੱਗਾ ਸੀ 2-3 ਦਿਨ ਇਹਨੂੰ ਲਗਾਤਾਰ ਫਿਰ ਬੁਖਾਰ ਤੋਂ ਇੱਕ ਦਿਨ ਤਾਂ ਇਹ 2-4 ਘੰਟੇ ਉੱਠੀ ਨਹੀਂ ਤੜਕੇ ਉੱਠੀ ਨਹੀਂ ਫਿਰ 10-11 ਵਜੇ ਬੋਤਲਾਂ ਲਾਈਆਂ ਇਹਦੇ ਮਾਈਫੈਕਸ ਲਾਤੀ ਸੀ ਇੱਕ ਬੋਤਲ ਹੋਰ ਲਾਤੀ ਸੀਗੀ 1 ਲੀਟਰ ਦੇ ਵਿੱਚ ਆਉਂਦੀ ਹੈ ਲੰਮੀ ਜਿਹੀ ਬੋਤਲ ਪਾਣੀ ਵਾਲੀ ਤਾਂ ਬਾਕੀ ਨਾਲ ਟੀਕੇ ਅਤੇ ਲਾ ਕੇ ਅਤੇ ਫਿਰ ਲਾਤੇ ਫਿਰ 2 ਘੰਟਿਆਂ ਬਾਅਦ ਸੈੱਟ ਹੋ ਗਈ ਜੀ ਉੱਠ ਖੜੀ ਫਿਰ ਖਾਣਾ ਪੀਣਾ ਥੋੜ੍ਹਾ ਜਿਹਾ ਹੁਣ ਗਰਮੀ ਇੱਕ ਦਮ ਬੁਖਾਰ ਦਾ ਕਰਕੇ ਹੌਂਕੜ ਥੋੜ੍ਹੀ ਜਿਹੀ ਵੱਧ ਲੱਗ ਗਈ ਸੀ ਅਤੇ ਊਂ ਵਧੀਆ ਹੁਣ ਕੱਲ੍ਹ ਦੀ ਫਿਰ ਗਲਾ ਗੁਲਾ ਵਧੀਆ ਕਰਦੀ ਹੈ ਜਾਣੀ ਕਿ ਵੀ ਮੈਂ ਤਾਂ ਹੀ ਇਹ ਤੋਂ ਪਹਿਲਾਂ ਵੀਡੀਓ ਦੇ ਵਿੱਚ ਨਹੀਂ ਲੈ ਕੇ ਆਇਆ ਇਹ ਸੀਗੀ ਜੀ ਇਹ ਬੈਠੀ ਹੈ ਧਨੂੰ ਜੀ ਤਾਂ ਧਨੂੰ ਹਜੇ ਫੀਡ ਨਹੀਂ ਖਾਣ ਲੱਗੀ ਬਸ ਥੋੜ੍ਹੀ ਜਿਹੀ ਖਾਂਦੇ 2-4 ਜੀਭਾਂ ਹੀ ਮਾਰਦੀ ਹੈ ਲੇਟੀ ਥੋੜ੍ਹੀ ਜਿਹੀ ਖਾ ਲੈਂਦੀ ਹੈ ਤਾਂ ਠੀਕ ਹੈ ਜੀ ਧੰਨਵਾਦ ਬਾਈ ਵਧੀਆ ਲੱਗੀ ਸ਼ੇਅਰ ਕਰਦਿਆ ਕਰੋ ਜ਼ਰੂਰ ਵੀਰੇ